ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਇਹ ਸਿੱਖਦੇ ਹਾਂ ਕਿ ਆਪੂ ਘਰ ਕਿੱਦਾਂ ਬਣਾਉਣੇ ਆ। ਆਪੂ ਸਾਰਿਆਂ ਨੂੰ ਨਹੀਂ ਪਤਾ ਹੋਣਾ, ਅਤੇ ਕੁਛ ਚੁਣਵੇ ਲੋਕ ਹੋਣਗੇ ਪੰਜਾਬੀ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਇਹ ਆਪੂ ਕੀ ਚੀਜ਼ ਹੁੰਦੀ ਹੈ। ਕੱਚੀ ਛੱਲੀ ਦੇ ਦਾਣੇ ਭੱਠੀ 'ਚ ਬਣਾਉਣ ਚਾਹੀਦਾ ਸੀ ਜਦੋਂ, ਅਤੇ ਭੁੱਜਣ ਤੋਂ ਪਹਿਲਾਂ, ਪੂਰੀ ਤਰ੍ਹਾਂ ਭੁੱਜਣ ਤੋਂ ਪਹਿਲਾਂ ਇਹ ਭੱਠੀ 'ਚੋਂ ਕਢਵਾ ਕੇ ਖਾਈਦੇ ਹੁੰਦੇ ਸੀ, ਉਹਨਾਂ ਨੂੰ ਆਪੂ ਕਹਿੰਦੇ ਸੀ। ਇਹਨਾਂ ਦਾ ਵੱਖਰਾ ਹੀ ਟੇਸਟ ਹੁੰਦਾ ਸੀ, ਪਰ ਅੱਜ ਕੱਲ੍ਹ ਬਦਲ ਗਿਆ ਰਿਵਾਜ਼, ਕਿਉਂਕਿ ਹੁਣ ਕੋਈ ਭੱਠੀ ਨਹੀਂ ਰਹੀ। ਭੱਠੀਆਂ ਸਾਰੀਆਂ ਸਾਡੇ ਬਿਹਾਰੀ ਭਰਾਵਾਂ ਕੋਲ ਚਲ ਗਈਆਂ, ਅਤੇ ਉਹਨਾਂ ਨੂੰ ਨਹੀਂ ਪਤਾ ਕਿ ਰੇਤਾ 'ਚ ਵੀ ਭੁੰਨੀ ਦੇ ਸੀਗੇ ਆਪੂ, ਉਹ ਨਮਕ 'ਚ ਵੀ ਭੁੰਨ ਦਿੰਦੇ ਆ, ਤਾਂ ਉਹ ਟੇਸਟ ਜਿਹੜਾ ਨਹੀਂ ਆਉਂਦਾ। ਸੋ ਜਿਨ੍ਹਾਂ ਨੂੰ ਉਸ ਟੇਸਟ ਦਾ ਥੋੜ੍ਹਾ ਥੋੜ੍ਹਾ ਯਾਦ ਹੈ, ਉਹ ਦੇਖ ਸਕਦੇ ਆ ਕਿ ਇਹ ਛੱਲੀ ਹੈ, ਇਹਨੂੰ ਘੇਰ ਲਿਆ, ਇਹਨੂੰ ਘੇਰ ਕੇ ਸਾਡੇ ਕੋਲ ਇਹ ਦਾਣੇ ਆ, ਇੱਕ ਤਵਾ ਲੈ ਕੇ, ਇਹ ਦੇਸੀ ਜਿਹਾ ਕੰਮ ਹੈ, ਤਵਾ ਲੈ ਕੇ ਉਹਨੂੰ ਗਰਮ ਕਰ ਲਿਆ, ਉਹਦੇ ਉੱਤੇ ਦਾਣੇ ਪਾ ਲਏ। ਦੇਖੋ ਸਵਾਦ ਤਾਂ ਨਹੀਂ ਉਹ ਆਉਂਦਾ, ਪਰ ਉਹਦੇ ਨੇੜੇ ਤੇੜੇ ਜਾਂਦਾ, ਠੀਕ ਹੈ। ਘਰ 'ਚ ਬਣਾਏ ਜਾਂਦੇ ਆ, ਬਣਾਏ ਜਾ ਸਕਦੇ ਆ, ਕਿਉਂਕਿ ਹੋਰ ਤਾਂ ਕੋਈ ਹੁਣ ਆਪਸ਼ਨ ਹੀ ਨਹੀਂ ਰਿਹਾ ਕਿ ਰੇਹੜੀ ਵਾਲੇ ਕੋਲ ਜਾ ਖੜ੍ਹੇ ਹੋ ਗਏ ਕਿ ਆਪੂ ਬਣਾ, ਉਸਨੇ ਉਹਨੇ ਪੁੱਛਣਾ ਉਹ ਕਿਆ ਹੁੰਦਾ ਹੈ ਮੈਡਮ ਜੀ, ਅਤੇ ਉਹਨੂੰ ਫਿਰ ਸਮਝਾਉਣਾ ਜਿਹੜਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਕਿ ਆਪੂ ਕੀ ਹੁੰਦੇ ਆ। ਇਸ ਤਰ੍ਹਾਂ ਨਾਲ ਤਵੇ 'ਤੇ ਪਾ ਤਾਂ ਕੱਚੀ ਛੱਲੀ ਹੋਏ, ਬਹੁਤ ਮਜ਼ਾ ਆਉਂਦਾ, ਬਹੁਤ ਸਵਾਦ ਬਣਦੇ ਆ। ਅੱਧੇ ਕੱਚੇ ਦਾਣੇ ਆਪੂ ਹੁੰਦੇ ਆ, ਉਹਦਾ ਸੀਜ਼ਨ ਵੀ ਇਹਦੇ ਲਗਭਗ ਹੁਣ ਖਤਮ ਹੋਣ ਵਾਲਾ, ਤਾਂ ਰੋਜ਼ ਬਣਾ ਕੇ ਖਾ ਲਈ ਰਿਹਾ। ਅੱਜ ਸੋਚਿਆ ਇੱਕ ਵੀਡੀਓ ਬਣਾ ਕੇ ਪਾ ਦਿੰਦੇ ਹਾਂ, ਜੇ ਕਿਸੇ ਨੂੰ ਲੱਗਦਾ ਵੀ ਅਸੀਂ ਆਪੂ ਕਿੱਥੋਂ ਖਾਈਏ, ਉਹ ਖਾ ਸਕਦਾ। ਬਸ ਥੋੜ੍ਹੀ ਦੇਰ ਹੋਰ ਇਹਨਾਂ ਨੂੰ ਕਰਕੇ, ਕਿਤੇ ਗਾਣਾ ਚੱਲ ਰਿਹਾ ਜੰਮ ਕੇ, ਨਾਲ ਨਾਲ ਗਾਣਾ ਵੀ ਸੁਣੀ ਜਾਓ। ਬਸ ਆਪੂ ਬਣਨੇ ਵਾਲੀ ਹੈ, ਕੋਈ ਖਾਸ ਕੰਮ ਨਹੀਂ ਹੈ ਇਹਦੇ ਵਿੱਚ, ਬਸ ਜੀਭ ਦਾ ਸਵਾਦ ਹੈ। ਉਹਦੇ ਵੀ ਐਫਰਟਸ ਕਰਨੇ ਪੈਂਦੇ ਆ, ਹੁਣ ਅਸੀਂ ਕਹਿ ਸਕਦੇ ਨਹੀਂ ਭੱਠੀ ਵਾਲੀ ਦੇ ਚੰਬੇਰੀ ਇੱਦਾਂ ਵੀ ਕਿ ਥੋੜ੍ਹੇ ਜਿਹੇ ਆਪੂ ਭੁੰਨਦੇ, ਪੀੜਨ ਦਾ ਪਰਾਗਾ ਭੁੰਨਣਾ ਵੀ ਨਹੀਂ ਬੱਚੀਆਂ ਭੱਠੀ ਵਾਲੀਆਂ ਦਾ, ਹਾਂ ਬਈਆਂ ਨੂੰ ਪਤਾ ਹੀ ਨਹੀਂ ਪੀੜਾਂ ਦਾ ਪਰਾਗਾ ਹੁੰਦਾ ਵੀ ਹੈ। ਇਸ ਤਰ੍ਹਾਂ ਦੇ ਸਾਡੇ ਆਪੂ ਬਣਦੇ ਆ, ਹੁਣ ਥੋੜ੍ਹੇ ਥੋੜ੍ਹੇ ਫੁੱਟਣ ਲੱਗ ਗਏ। ਬਸ ਕਹਿ ਰਿਹਾ ਕਿ ਅਸੀਂ ਹੁਣ ਤਿਆਰ ਹਾਂ, ਉਤਾਰ ਲਓ ਹੁਣ ਸਾਨੂੰ ਗੈਸ ਤੋਂ ਉਤਾਰ ਲਓ, ਅਸੀਂ ਵੀ ਸੀ ਕਰਨ ਲੱਗ ਗਏ ਵਿੱਚ ਉਹਦੇ ਸਾਰੇ ਤੋਂ। ਆਪੂ ਤਿਆਰ ਹੈ, ਹੁਣ ਇਹਨਾਂ ਨੂੰ ਖਾਓ, ਮੈਂ ਤਾਂ ਨਹੀਂ ਖਾ ਕੇ ਦੱਸਦੀ, ਤੁਸੀਂ ਬਣਾਓ ਅਤੇ ਖਾਓ, ਕਿਉਂਕਿ ਜੇ ਮੈਂ ਖਾਓਗੇ ਤਾਂ ਆਪਣੀ ਸ਼ਕਲ ਦਿਖਾਉਣੀ ਹੈ, ਤਾਂ ਤੁਹਾਡਾ ਦਿਲ ਕਰਨਾ ਹੁਣ ਖਾ ਲਈਏ, ਇਸ ਲਈ ਬਣਾਓ ਅਤੇ ਖਾਓ।